ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਤੁਸੀਂ ਵੇਖ ਰਹੇ ਹੋ ਸੁਪਰ ਹਿੱਟ ਪੰਜਾਬੀ। ਸਾਰੀ ਸਟੋਰੀ ਹੈ, ਬਹੁਤ ਵਧੀਆ ਬਣਾਈ ਹੈ, ਬਹੁਤ ਨਾਈਸ ਫਿਲਮ ਹੈ, ਸਭ ਨੂੰ ਦੇਖਣੀ ਚਾਹੀਦੀ। ਫੁੱਲ ਚੋਂ ਫੁੱਲੀ ਹੈ ਲਗਭਗ, ਬਹੁਤ ਘੱਟ ਮੂਵੀ ਹੈ, ਬਹੁਤ ਸੋਹਣੀ ਫਿਲਮ ਬਣਾਈ ਹੈ। ਡਿਸਨ ਡਿਸਨ ਵਾਲੀ ਕੋਈ ਫਿਲਮ ਨਹੀਂ ਹੈ, ਕਿ ਸਟੋਰੀ ਵਾਲੀ ਫਿਲਮ ਹੈ, ਬਹੁਤ ਸੋਹਣੀ ਸਟੋਰੀ ਹੈ। ਐਕਟਿੰਗ ਕਿੰਨੀ ਵਧੀਆ ਲੱਗੀ? ਐਕਟਿੰਗ ਵਧੀਆ, ਬਹੁਤ ਸੋਹਣੀ ਹੈ। ਐਕਟਿੰਗ ਵਧੀਆ, ਮਿਊਜ਼ਿਕ ਮਿਊਜ਼ਿਕ ਹਾਂਜੀ, ਬਹੁਤ ਵਧੀਆ ਮੂਵੀ ਹੈ। ਬਾਕੀ ਮੇਰੇ ਵੀਰਾਂ ਤੋਂ ਪੁੱਛੋ ਤੁਸੀਂ, ਬਹੁਤ ਸੋਹਣੀ ਮੂਵੀ ਹੈ, ਬਹੁਤ ਹੀ ਗੱਲਾਂ ਕਰੀਆਂ ਨੇ ਮੂਵੀ 'ਚ। ਲੋਕ ਤਾਂ ਪੂਰੇ ਨੂੰ ਅਧੂਰਾ ਕਰ ਦਿੰਦੇ ਆ, ਤੇ ਤੂੰ ਅਧੂਰੀ ਨੂੰ ਪੂਰਾ ਕਰਤਾ। ਇਹ ਬਣਾਈ ਨਹੀਂ, ਬਸ ਬਣ ਗਈ। ਮੂਵੀ ਨੋ ਡਾਊਟ ਬਹੁਤ ਜ਼ਿਆਦਾ ਅੱਛੀ ਹੈ, ਐਂਡ ਆਈ ਥਿੰਕ ਬਹੁਤ ਡਿਫਰੈਂਟ ਕਨਸੈਪਟ ਹੈ ਪੰਜਾਬੀ ਇੰਡਸਟਰੀ ਕੇ ਅਕੋਰਡਿੰਗ, ਐਂਡ ਆਈ ਥਿੰਕ ਇਟ ਟਰੂਲੀ ਡਿਸਕ੍ਰਾਈਬਸ ਵਾਟ ਪੈਸ਼ਨ ਇਜ਼, ਵਾਟ ਆਈ ਫੀਲ ਲਾਈਕ, ਜੋ ਪੈਸ਼ਨ ਹੁੰਦਾ, ਜੋ ਦ ਲਵ ਟੂਵਰਡਸ ਯੋਰ ਵਰਕ, ਇਟ ਟਰੂਲੀ ਡਿਸਕ੍ਰਾਈਬਸ ਦੈਟ, ਐਂਡ ਇਟਸ ਅ ਰੀਅਲੀ ਡਿਫਰੈਂਟ ਮੂਵੀ ਅਕੋਰਡਿੰਗ ਟੂ ਵਟ ਪੰਜਾਬੀ ਇੰਡਸਟਰੀ ਇਜ਼ ਟਰੂਲੀ ਅਬਾਊਟ। ਬਹੁਤ ਡਿਫਰੈਂਟ ਮੂਵੀ ਸੀ, ਬਹੁਤ ਡਿਫਰੈਂਟ ਕਨਸੈਪਟ ਥਾ, ਐਂਡ ਆਈ ਥਿੰਕ ਇਟ ਵਾਸ ਵੰਡਰਫੁਲ। ਯੈਸ, ਮਿਊਜ਼ਿਕ ਐਕਚੁਅਲੀ ਬਹੁਤ ਜ਼ਿਆਦਾ ਐਡਿਕਟਿਵ ਹੈ, ਇਵਨ ਮੈਨੇ ਅਭੀ ਦੋ ਤਿੰਨ ਦਿਨ ਪਹਿਲੇ ਸੁਣਾ, ਮੈਂ ਵਹੀ ਹਮ ਕਰੀ ਜਾ ਰਹੀ ਹਾਂ ਆਪਣੀ ਯੂ ਨੋ ਮਾਇੰਡ ਮੇ, ਬਹੁਤ ਐਡਿਕਟਿਵ ਮਿਊਜ਼ਿਕ ਹੈ, ਸੋ ਇਟ ਵਾਸ ਰੀਅਲੀ ਗੁੱਡ। ਪੰਜਵੇਂ ਸੇ ਪੰਜ, ਇਫ ਦੇਰ ਇਜ਼ ਮੋਰ ਟੂ ਗਿਵ, ਆਈ ਵਿਲ ਡੈਫੀਨੇਟਲੀ। ਮੂਵੀ ਕਿਸ ਤਰ੍ਹਾਂ ਲੱਗੀ? ਮੂਵੀ ਸੋਹਣੀ ਲੱਗੀ, ਸੋਹਣੀ ਸੀ ਮੂਵੀ, ਕਨਸੈਪਟ ਸੋਹਣਾ ਸੀਗਾ, ਅਲੱਗ ਸੀਗੀ। ਕਿੰਨੇ ਸਟਾਰ ਦੋਗੇ ਪੰਜ ਚ? 4। ਥੈਂਕ ਯੂ। ਇਸ ਟੂ ਵਰਡ, ਇਟਸ ਅਬਾਊਟ ਦ ਡ੍ਰੀਮ, ਜਸਟ ਫੋਲੋ ਯੂਰ ਡ੍ਰੀਮ ਐਟ ਐਨੀ ਕਾਸਟ, ਇਟਸ ਆਲ ਅਬਾਊਟ ਦੈਟ, ਦੈਨ ਲਾਈਫ ਵਿਲ ਬਿਕਮ ਅ ਬਿਊਟੀਫੁਲ ਆਫਟਰ ਦੈਟ। ਮਿਊਜ਼ਿਕ ਕਿਸਾ ਲੱਗਾ? ਇਟਸ ਗੁੱਡ, ਯਾਨੀ ਲਾਈਵਲੀ ਮਿਊਜ਼ਿਕ, ਯੂ ਕੈਨ ਫੀਲ ਦੈਟ, especially the title song is my most of my favorite। ਅੱਛੀ ਫਿਲਮ ਬਣੀ ਹੈ ਸਾਡੀ, ਹੈ ਤਾਸ ਦੇ ਨਾਲ ਰੈਗੂਲਰ ਸਾਡਾ ਚੱਲਿਆ ਆ ਰਿਹਾ ਹੈ, ਪਹਿਲਾਂ ਟੈਲੀਵਿਜ਼ਨ, ਫਿਰ ਉੱਲੂ ਦੇ ਬੱਠੇ, ਉਹ ਵੀ ਕੰਪਲੀਟ ਹੋ ਗਈ, ਹੁਣ ਪੇਂਟਰ ਕਰਲਾ ਮੋੜ ਮੜਈਆ, ਦੈਨ ਪਿੰਡ ਵਾਲਾ ਸਕੂਲ, ਹੁਣ 25-25-50, ਇੱਕ ਸਫ਼ਰ ਸ਼ੁਰੂ ਹੋ ਗਿਆ ਸਾਡਾ, ਅਤੇ ਜਿਹੜਾ ਡਾਇਰੈਕਟਰ ਹੈ ਉਹ ਸ਼ਿਪ ਦਾ ਕੈਪਟਨ ਹੁੰਦਾ, ਅਸੀਂ ਪਿੱਛੇ ਪਿੱਛੇ ਹੈ ਜੀ, ਜਾਂ ਨਾਲ ਨਾਲ ਲਾ ਲਓ, ਕਿ ਕੋਈ ਤਾਜ ਨਾਲ ਯਾਰੀ ਲਾ ਲਈ, ਤਾਜ ਨੇ ਸਾਡੇ ਨਾਲ ਯਾਰੀ ਲਾ ਲਈ, ਅਸੀਂ ਚਲੇ ਆ ਰਹੇ ਜੀ।
ਬਹੁਤ ਸੋਹਣੀ ਮੂਵੀ ਹੈ। ਮਿਊਜ਼ਿਕ ਕਿਸ ਦਾ? ਮਿਊਜ਼ਿਕ ਸਾਰਾ ਵਧੀਆ ਹੈ। ਮਿਊਜ਼ਿਕ ਪੰਜੀ ਤੋਂ ਕਿੰਨੇ ਸਟਾਰ ਹੋ ਗਏ? 5 ਤੋਂ 5 ਹੈ ਜੀ। ਹਾਂਜੀ, ਜੈ ਸਾਈਂ ਦੀ, ਬਹੁਤ ਪਿਆਰੀ ਮੂਵੀ ਹੈ ਜੀ, ਬਹੁਤ ਅੱਛੀ ਹੈ। ਸ਼ੋਰ ਸ਼ਰਾਬੇ ਤੋਂ ਹਟ ਕੇ ਹੈ, ਇੱਕ ਸੱਚਾਈ ਨਾਲ ਇਹਦਾ ਰੂਬਰੂ ਕਰਾਇਆ ਗਿਆ। ਜੋ ਇੱਕ ਕਨਸੈਪਟ ਪਿੱਛੇ ਚੱਲਿਆ ਆ ਰਿਹਾ, ਲੱਗਦਾ ਕਿ ਉਹਨੂੰ ਇਹ ਚੇਂਜ ਕਰੇਗੀ ਮੂਵੀ ਜਿਹੜੀ ਹੈ, ਬਹੁਤ ਅੱਛੀ। ਪਿਛਲੇ ਕਾਫੀ ਟਾਈਮ ਸੇ ਜੈਸੇ ਕਮੇਡੀ ਮੂਵੀ ਆ ਰਹੀ ਹੈ, ਹਟਕਰ ਮੂਵੀ ਆ ਰਹੀ ਹੈ। ਹਾਂ, ਐਸੀ ਮੂਵੀ ਅੱਗੇ ਆਣੀ ਚਾਹੀਦੀ ਆ। ਅਸੀਂ ਕਹਿੰਦੇ ਇਹ ਹੁਣ ਐਸਾ ਦੌਰ ਵੀ ਆਉਣਾ ਚਾਹੀਦਾ ਜੋ ਸੱਚਾਈ, ਜੋ ਰਿਐਲਿਟੀ ਦੇ ਨੇੜੇ ਹੋਵੇ, ਨਾ ਕਿ ਸ਼ੋ ਹੋਈ ਹੋਊ ਹਾ ਉਹ ਨਹੀਂ।